ਦਾ ਸ਼ੁਕਰਗੁਜ਼ਾਰ ਹਾਂ ਜਿਸ ਖੁਦਾ ਨੇ ਅੱਜ ਸੱਚ ਫਿਰ ਆਪਣੀ ਹਜ਼ੂਰੀ ਦਿੱਤੀ ਔਰ ਆਪਣੀ ਹਜ਼ੂਰੀ ਦੇ ਕੇ ਸਾਨੂੰ ਆਪਣਾ ਕਲਾਮ ਦਿੱਤਾ। ਕਲਾਮ ਹੀ ਸਾਡੀ ਜ਼ਿੰਦਗੀ ਹੈ, ਵਚਨ ਹੀ ਸਾਡੀ ਨਜ਼ਾਤ ਆ, ਵਚਨ ਹੀ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਹੋਵੇਗਾ ਅਤੇ ਸਾਡੇ ਜਿਹੜੇ ਅਮਲ ਵਾ ਉਹ ਵਚਨ ਦੇ ਨਾਲ ਜਦੋਂ ਮੇਲ ਖਾਣਗੇ ਅਤੇ ਅਸੀਂ ਨਵੀਂ ਧਰਤੀ ਦੇ ਵਾਰਸ ਹੋਵਾਂਗੇ। ਸੋ ਅਸੀਂ ਪਿਛਲੇ ਹਫ਼ਤੇ ਖੁਦਾ ਦੇ ਕਲਾਮ ਦੇ ਵਿੱਚੋਂ ਸੁਣਿਆ ਸੀ ਕਿ ਜੋ ਮੰਗੋ ਜੋ ਚਾਹੋ ਉਹੀ ਤੁਹਾਨੂੰ ਦੇ ਦਿੱਤਾ ਜਾਵੇਗਾ। ਔਰ ਉਸ ਤੋਂ ਪਹਿਲਾਂ ਕੁਝ ਹਫ਼ਤੇ ਅਸੀਂ ਗੌਰ ਕੀਤਾ ਕਿ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਪਹਿਲਾਂ ਜ਼ਰੂਰੀ ਆ ਕਿ ਅਸੀਂ ਖੁਦਾ ਵਿੱਚ ਰਹੀਏ। ਜਿਵੇਂ ਇੱਕ ਬੱਚੇ ਦਾ ਪਹਿਲਾਂ ਜ਼ਰੂਰੀ ਆ ਕਿ ਸਕੂਲ ਦੇ ਵਿੱਚ ਐਡਮਿਸ਼ਨ ਲਵੇ। ਐਡਮਿਸ਼ਨ ਲੈਣ ਦਾ ਮਤਲਬ ਇੱਕ ਇਮਾਨਦਾਰ ਸੰਗਤ ਵਿੱਚ ਐਡਮਿਸ਼ਨ ਲਵੇ ਅਤੇ ਉਹਦੇ ਐਡਮਿਸ਼ਨ ਲੈਣ ਦਾ ਮਤਲਬ ਇਹੀ ਹੁੰਦਾ ਵਾ ਕਿ ਆਪਣੀ ਅਕਲ, ਆਪਣਾ ਦਿਮਾਗ, ਯਾਨੀ ਜਿਹੜਾ ਇਹ ਬੋਡੀ ਦਾ ਉਤਲਾ ਹਿੱਸਾ ਸਾਡਾ ਚੇਨ ਆ, ਸਾਡਾ ਸਿਰ ਵਾ, ਇਹਨੂੰ ਆਪਣੇ ਉੱਤੋਂ ਉਤਾਰ ਕੇ ਅਤੇ ਆਪਣੇ ਖੁਦਾ ਦਾ ਜਿਹੜਾ ਵਚਨ ਆ ਉਹਦੇ ਸਪੁਰਦ ਕਰ ਦੇਣਾ। ਪਹਿਲੇ ਤਾਂ ਵੇਖੋ ਕਿ ਸੰਗਤ ਵਿੱਚ ਤੁਸੀਂ ਸਾਰੇ ਆਏ ਹੋ ਪਰ ਸੰਗਤ ਦੇ ਰੂਹ ਦੇ ਸਕੂਲ ਵਿੱਚ ਸਾਡੀ ਐਡਮਿਸ਼ਨ ਜਿਹੜੀ ਆ ਹੋ ਗਈ ਹੈ। ਐਡਮਿਸ਼ਨ ਦਾ ਅਰਥ ਇਹੀ ਆ ਕਿ ਸਾਡਾ ਸਿਰ ਜਿਹੜਾ ਵਾ ਵਚਨ ਦੇ, ਖਾਦਮ ਦੇ ਸਪੁਰਦ ਹੋ ਗਿਆ। ਔਰ ਉਸ ਤੋਂ ਬਾਅਦ ਲਿਖਿਆ ਕਿ ਫਿਰ ਯਿਸੂ ਮਸੀਹ ਦੀਆਂ ਗੱਲਾਂ ਸਾਡੇ ਵਿੱਚ ਆਉਣਗੀਆਂ। ਜਿਹਦੇ ਵਿੱਚ ਯਿਸੂ ਮਸੀਹ ਦੀਆਂ ਗੱਲਾਂ ਆਉਣਗੀਆਂ ਅਤੇ ਯਿਸੂ ਮਸੀਹ ਤਾਂ ਮਾਫ਼ ਕਰਦਾ ਵਾ, ਯਿਸੂ ਮਸੀਹ ਤਾਂ ਆਪ ਵੀ ਮਾਫ਼ ਕਰਦਾ ਵਾ ਅਤੇ ਪਿਤਾ ਨੂੰ ਵੀ ਕਹਿੰਦਾ ਆਏ ਬਾਪ ਇਹਨਾਂ ਨੂੰ ਕੀ ਕਰ ਮਾਫ਼ ਕਰ ਦੇ। ਅਤੇ ਜਿਹਦੇ ਵਿੱਚ ਯਿਸੂ ਦੀਆਂ ਗੱਲਾਂ ਆਉਣਗੀਆਂ ਉਹ ਵੀ ਮਾਫ਼ ਕਰਨਗੇ ਵੀ ਅਤੇ ਖੁਦਾ ਕੋਲੋਂ ਵੀ ਉਹ ਮਾਫ਼ੀ ਉਹਨਾਂ ਦੇ ਲਈ ਮੰਗਣਗੇ। ਫਿਰ ਲਿਖਿਆ ਜੋ ਮੰਗੋ, ਫਿਰ ਜਦੋਂ ਉਹਨਾਂ ਵਿੱਚ ਸੱਚੀ ਮਸੀਹਤ ਹੋਵੇਗੀ ਅਤੇ ਉਹ ਸਰੀਰ ਦੀ ਅਭਿਲਾਸ਼ਾ ਦੇ ਲਈ ਨਹੀਂ ਮੰਗਣਗੇ ਕਿਉਂਕਿ ਸਰੀਰ ਦੀ ਅਭਿਲਾਸ਼ਾ ਰੂਹ ਦੇ ਨਾਲ ਵੈਰ ਵਾ। ਅਤੇ ਲਿਖਿਆ ਰੂਹ ਦੀ ਜਿਹੜੀ ਮਰਜ਼ੀ ਆ ਉਹ ਸਰੀਰ ਦੇ ਨਾਲ ਵੈਰ ਆ, ਰੋਮੀਆਂ 8:8 ਦੇ ਵਿੱਚ ਲਿਖਿਆ ਹੋਇਆ। ਇਸ ਕਰਕੇ ਬਹੁਤ ਅਤੇ ਬੇਹੱਦ ਜ਼ਰੂਰੀ ਆ ਕਿ ਜੋ ਮੰਗੋ, ਯਾਨੀ ਅਭਿਲਾਸ਼ਾ ਦੇ ਲਈ, ਜਿਸਮ ਦੀ ਅਭਿਲਾਸ਼ਾ ਦੇ ਲਈ ਨਹੀਂ ਮੰਗਣਾ। ਅਸੀਂ ਆਪਣੇ ਆਪ ਨੂੰ ਜਿਵੇਂ ਥੈਸਲੋਨੀਕੀਆਂ ਦੀ ਪੱਤਰੀ ਉਹਦੇ ਖੱਤ ਦੇ ਵਿੱਚ ਲਿਖਿਆ ਕਿ ਨਿਰੰਤਰ ਦੁਆ ਕਰੋ, ਯਾਨੀ ਜਿਹੜੇ ਰੋਜ਼ ਦੁਆ ਕਰਨ ਵਾਲੇ ਨੇ, ਵੱਧ ਤੋਂ ਵੱਧ ਦੁਆ ਕਰਨ ਵਾਲੇ ਨੇ, ਉਹ ਆਪਣੀ ਅਭਿਲਾਸ਼ਾ ਲਈ ਨਹੀਂ ਮੰਗਦੇ, ਉਹ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਹਮੇਸ਼ਾ ਮੰਗਦੇ ਨੇ। ਇਸ ਕਰਕੇ ਜੋ ਚਾਹੋ, ਉਹਨਾਂ ਦੀ ਚਾਹਤ ਜਿਹੜੀ ਹੈ, ਚਾਹਤ ਜਿਹੜਾ ਯਾਕੂਬ ਦਾ ਮਾਮਾ ਸੀਗਾ, ਯਾਕੂਬ ਦਾ ਉਹਦੀ ਚਾਹਤ, ਉਹਦੇ ਰਿਸ਼ਤੇਦਾਰ ਦੀ ਚਾਹਤ ਉਹਦੇ ਲਈ ਗਲਤ ਸੀ। ਇਸੇ ਲਈ ਯਾਕੂਬ ਨੇ ਉਹਨੂੰ ਕਿਹਾ ਕਿ ਮੈਂ ਤੇਰੀ 20 ਸਾਲ ਨੌਕਰੀ ਕੀਤੀ, ਕਿੰਨੇ ਸਾਲ 20 ਸਾਲ, ਤੇ ਤੂੰ ਮੇਰੇ ਨਾਲ 10 ਵਾਰੀ ਤਗਾ ਕੀਤਾ, ਨੌਕਰੀ 20 ਸਾਲ ਤੇ 10 ਵਾਰੀ ਤੂੰ ਮੇਰੇ ਨਾਲ ਤਗਾ ਕੀਤਾ। ਉਹਦੀ ਚਾਹਤ ਦਗਾ ਕਰਨ ਦੀ ਹੈ, ਉਹਦੇ ਰਿਸ਼ਤੇਦਾਰ ਦੀ ਚਾਹਤ ਉਹਦੇ ਨਾਲ, ਤੇ ਯਾਕੂਬ ਦੀ ਚਾਹਤ ਉਹਦੇ ਨਾਲ ਰੱਬ ਵਿੱਚ ਰਹਿ ਕੇ ਭਲਾ ਕਰਨ ਦੀ ਹੈ। ਤੇ ਬਰਕਤ ਕਿਹਦੀ ਵੱਧ ਸੀ? ਜਿਹਦੀ ਚਾਹਤ ਨੇਕ ਸੀਗੀ। ਹਾਲੇਲੂਇਆ, ਹਾਲੇਲੂਇਆ। ਚਾਹਤ ਵੇਖਿਆ ਕਰੋ, ਪਹਿਲੇ ਤੇ ਵੇਖੋ ਵੀ
ਜਿਹੜੀ ਤੁਹਾਡੇ ਕੋਲ ਪ੍ਰਭੂ ਵਿੱਚ ਰਹਿ ਕੇ ਮੰਗਣ ਦੀ ਚਾਹਤ ਵਾ ਉਹ ਗਲਤ ਵਾ ਕਿ ਸਹੀ ਹੈ। ਜਦੋਂ ਤੁਹਾਡੀ ਚਾਹਤ ਸਹੀ ਹੋਵੇਗੀ ਤੁਹਾਡੇ ਨਾਲ ਕੋਈ ਦਗਾ ਕਰੇ ਕੋਈ ਬੁਰਾ ਕਰੇ ਤੁਹਾਡੀ ਬਲੈਸਿੰਗਸ ਆ ਤੇ ਉਹਨਾਂ ਦੀ ਬਲੈਸਿੰਗਸ ਆ, ਤੁਸੀਂ ਉਹਨਾਂ ਦੇ ਸਾਹਮਣੇ ਸੁਪਰ ਬਲੈਸ ਹੋਵੋਗੇ ਉਹ ਬਸ ਬਲੈਸਿੰਗ ਹੈ। ਇਸ ਕਰਕੇ ਜੋ ਮੰਗੋ ਜੋ ਚਾਹੋ ਉਹ ਤੁਹਾਨੂੰ ਦਿੱਤਾ ਜਾਵੇਗਾ। ਉਹ ਨਹੀਂ ਮਿਲੇਗਾ ਜਿਹਦੇ ਵਿੱਚ ਤੁਹਾਡਾ ਨੁਕਸਾਨ, ਕਿਉਂਕਿ ਪ੍ਰਭੂ ਤੁਹਾਡੇ ਨੁਕਸਾਨ ਨੂੰ ਤੇ ਤੁਹਾਡਾ ਫਾਇਦਾ ਕਿੱਦਾਂ ਹੋਣਾ ਹੈ ਖੁਦਾ ਸਾਰਾ ਕੁਝ ਜਾਣਦਾ। ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਖੁਦ ਫੈਸਲਾ ਕਰਦੇ ਹਾਂ ਨਾ ਵੀ ਮੇਰਾ ਫਾਇਦਾ ਕਿੱਦਾਂ ਹੋਣਾ, ਤੇ ਫਿਰ ਉਹ ਉਦੋਂ ਅਸੀਂ ਘਾਟੇ ਵਿੱਚ ਜਾਂਦੇ, ਉਦੋਂ ਅਸੀਂ ਇਸ ਕਰਕੇ ਆਓ ਅਸੀਂ ਲਿਖਿਆ ਜੋ ਮੰਗੋ ਜੋ ਚਾਹੋ ਉਹੀ ਤੁਹਾਨੂੰ ਦੇ ਦਿੱਤਾ। ਅੱਜ ਅਸੀਂ ਪੜ੍ਹਾਂਗੇ ਹਿਜ਼ਕੀਏਲ ਉਹਦਾ 37 ਬਾਬ 37 ਸਫ਼ਾ ਉਹਦੀ ਪਹਿਲੀ ਆਇਤ ਤੋਂ ਅਸੀਂ ਪੜ੍ਹਾਂਗੇ ਔਰ ਫਿਰ ਉਹਦੇ ਤੇ ਅਸੀਂ ਵਿਚਾਰ ਕਰਾਂਗੇ ਫਟਾਫਟ ਜਿਹਨੂੰ ਵੀ ਮਿਲ ਜਾਵੇ। ਪਹਿਲੀ ਗੱਲ ਸੁਣਨਾ ਧਿਆਨ ਦੇ, ਪਹਿਲੀ ਗੱਲ ਕਹਿੰਦਾ ਯਹੋਵਾ ਦਾ ਹੱਥ ਮੇਰੇ ਉੱਤੇ ਸੀ। ਇਹ ਵੇਖਣਾ ਵਾ ਕਿ ਸਾਡੇ ਉੱਤੇ ਪਰਮੇਸ਼ਰ ਦਾ ਹੱਥ ਹੈਗਾ। ਯਹੋਵਾ ਦਾ ਹੱਥ ਮੇਰੇ ਉੱਤੇ ਸੀ, ਇਹ ਵੇਖਣਾ ਵਾ ਕਿ ਉਹਦਾ ਹੱਥ ਮੇਰੇ ਉੱਤੇ ਹੈਗਾ। ਕਲਾਮ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਹੱਥ ਛੋਟਾ ਨਹੀਂ ਹੈ ਜਿਹੜਾ ਤੁਹਾਨੂੰ ਨਾ ਬਚਾਵੇ। ਪ੍ਰਭੂ ਦਾ ਹੱਥ ਕੋਈ ਛੋਟਾ ਨਹੀਂ ਹੈ ਜਿਹੜਾ ਤੁਹਾਡੀ ਰਖਵਾਲੀ ਨਾ ਕਰੇ। ਪ੍ਰਭੂ ਦਾ ਹੱਥ ਕੋਈ ਛੋਟਾ ਨਹੀਂ ਹੈ ਜਿਹੜਾ ਤੁਹਾਡੀਆਂ ਜ਼ਰੂਰਤਾਂ ਨੂੰ ਨਹੀਂ ਉਹ ਪੂਰੀਆਂ ਕਰ ਸਕਦਾ। ਉਹ ਬਹੁਤ ਬੜਾ ਹੱਥ ਵਾ, ਲਿਖਿਆ ਜ਼ਮੀਨ ਉਹਦੇ ਪੈਰ ਰੱਖਣ ਦੀ ਚੌਂਕੀ ਹੈ ਤੇ ਆਸਮਾਨ ਉਹਦੇ ਬੈਠਣ ਦਾ ਤਖਤ ਸਿੰਘਾਸਨ। ਤੇ ਫਿਰ ਹੱਥ ਕਿੱਡਾ ਹੋਵੇ, ਯਾਨੀ ਸਾਡੀ ਸੋਚ ਤੋਂ ਬਾਹਰ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਪਹਿਲੇ ਵੇਖੋ ਉਹਦਾ ਹੱਥ ਸਾਡੇ ਉੱਤੇ ਹੈਗਾ ਵਾ। ਮੈਂ ਪਹਿਲੇ ਵੀ ਦੱਸਿਆ ਸੀ, ਬੋਲੋ ਹੱਥ ਵੀ ਉਹਨਾਂ ਉੱਤੇ ਹੁੰਦਾ ਜਿਹੜੇ ਹੱਕ ਲੱਭਣਾ ਬੰਦ ਕਰ ਦਿੰਦੇ ਆ, ਜਿਨ੍ਹਾਂ ਦੇ ਵਿੱਚੋਂ ਹੱਕ ਨੂੰ ਪਾਉਣ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਉਹਦੇ ਉੱਤੇ ਹੱਥ ਹੁੰਦਾ। ਉਹਦੇ ਉੱਤੇ ਕੀ ਹੁੰਦਾ ਵਾ? ਪਤਰਸ ਕਹਿੰਦਾ ਹੈ ਪ੍ਰਭੂ ਮੈਨੂੰ ਪਾਣੀ ਤੇ ਚੱਲਣ ਦਾ ਕੀ ਦੇ, ਮਿਲ ਗਿਆ ਜਾਂ ਨਹੀਂ ਮਿਲਿਆ ਜਾਂ ਨਹੀਂ? ਹੱਕ ਨੇ ਡੋਬਿਆ ਕਿ ਤਾਰਿਆ? ਬੋਲੋ ਲੈ ਮਾਤਾ, ਵੀਡੀਓ ਰਿਕਾਰਡ ਹੋਣੀ ਮਤਲਬ ਬੜੀ ਹਰੀ ਕਿਹਾ ਮਾਤਾ ਜੀ ਨਾ ਬੋਲਿਆ ਕਰੋ। ਹੱਕ ਨੇ ਨਹੀਂ ਤਾਰਿਆ, ਉਹਨੂੰ ਹੱਕ ਨੇ ਤਾਰਿਆ। ਹੱਕ ਡੋਬਦੇ ਆ, ਹੱਕ 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 ਡੋਬਦੇ ਆ, ਹੱਕ ਕਿ ਜਦੋਂ ਅਸੀਂ ਕਿਸੇ ਜਾਂਦੇ ਹਾਂ ਮੀਟਿੰਗ ਦੇ ਵਿੱਚ ਮੇਰਾ ਵੱਡਾ ਜਿਹਾ ਕਰਕੇ ਨਾ ਬੋਲਣ ਤੇ ਮੈਨੂੰ ਬਹੁਤ ਵਧੀਆ ਲੱਗਦਾ। ਇਹੋ ਜਿਹਾ ਹੱਕ ਵੀ ਸੰਤ ਹੋਰ ਨਹੀਂ ਤੇ ਮੈਨੂੰ ਗਾਂ ਗਾਂ ਰੱਖਣ ਤੇ ਫੇਰ ਵਧੀਆ ਗੱਲ ਬਣਦੀ ਹੈ। ਇਹੋ ਜਿਹਾ ਮੇਰਾ ਉਹਨਾਂ ਦੇ ਨਾਲ ਸਭ ਤੋਂ ਵੱਡਾ ਰੁਤਬਾ ਹੋਵੇ, ਇਹ ਹੱਕ ਸਾਰਿਆਂ ਦੇ ਵਿੱਚ। ਅਸੀਂ ਬਹੁਤ ਜ਼ਿਆਦਾ ਸੰਤ ਨਾਲ ਕਰਦੇ ਹਾਂ ਤੇ ਸਾਡਾ ਉਹਨਾਂ ਹੀ ਉੱਚਾ ਜਿਹੜਾ ਵਾ ਉਹਦੇ ਨਾਲ ਜਿਹੜਾ ਵਾ ਸੰਤ ਨਾਲ ਜਿਹੜਾ ਵਾ ਉਹ ਦਰਜਾ ਹੋਣਾ। ਇਹ ਹੱਥ ਦੀਆਂ ਗੱਲਾਂ ਨੇ ਕਿ ਹੱਕ ਦੀਆਂ ਗੱਲਾਂ? ਹੱਥ
ਹਾਂਜੀ ਹਾਂ ਕਿਹਦੀਆਂ? ਮੰਨ ਲਓ ਉਹ ਦਰਜਾ ਮਿਲ ਵੀ ਜਾਵੇ, ਉਹ ਦਰਜਾ ਪਤਰਸ ਨੂੰ ਮਿਲਿਆ ਜਾਂ ਨਹੀਂ ਮਿਲਿਆ? ਉਹ ਦਰਜਾ ਮਿਲ ਵੀ ਜਾਵੇ ਪਰ ਉਹ ਦਰਜਾ ਪਤਰਸ ਨੂੰ ਤਾਰਦਾ ਨਹੀਂ ਹੈ, ਉਹ ਡੋਬਦਾ। ਕੀ ਹੈ? ਫਿਰ ਯਹੋਵਾ ਦਾ ਹੱਥ ਮੇਰੇ ਉੱਤੇ ਆਇਆ, ਫਿਰ ਯਹੋਵਾ ਦਾ ਹੱਥ ਮੇਰੇ ਉੱਤੇ ਆਇਆ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਉੱਤੇ ਪਰਮੇਸ਼ਰ ਦਾ ਹੱਥ ਆਵੇ, ਹੱਥ ਰਵੇ ਤੇ ਉਹਦੇ ਹੱਥਾਂ ਦੇ ਵਿੱਚ ਰਹੀਏ, ਉਹਦੇ ਕਿੱਥੇ ਰਹੀਏ? ਹੱਥਾਂ ਦੇ। ਜਿਹੜਾ ਉਹਦੇ ਹੱਥ ਦੇ ਵਿੱਚ ਰਵੇਗਾ, ਜਿਹਦੇ ਉੱਤੇ ਉਹਦਾ ਹੱਥ ਹੋਵੇਗਾ, ਗੌਰ ਕਰਨਾ ਬੋਲੋ, ਜਿਹਦੇ ਉੱਤੇ ਪਰਮੇਸ਼ਰ ਦਾ ਹੱਥ ਹੋਵੇਗਾ, ਉਹਦੀਆਂ ਅੱਖਾਂ ਦੇ ਸਾਹਮਣੇ ਸਾਡੇ ਸ਼ਾਹ ਜੀ ਪ੍ਰਵੀਨ ਜੀ ਬੈਠੇ ਆ। ਇਹਨਾਂ ਦਾ ਮੁੰਡਾ ਚਾਹੇ ਅਮੈਰੀਕਾ ਚਲ ਜਾਵੇ, ਇੱਕ ਗੱਡੀ ਦੀ ਬਜਾਏ ਭਾਵੇਂ ਵੈਲਫੇਅਰ ਵਾਲੀਆਂ ਪੰਜ ਗੱਡੀਆਂ ਆ ਜਾਣ, ਪਰ ਉਹ ਬੰਦਾ ਜਿਹਦੇ ਉੱਤੇ ਹੱਥ ਹੁੰਦਾ ਵਾ ਕਦੀ ਵੀ ਇਹਨਾਂ ਤੋਂ ਜਲਸ ਨਹੀਂ ਕਰੇਗਾ। ਇੱਕ ਕੋਠੀ ਦੀ ਬਜਾਏ ਇਹਨਾਂ ਦੀਆਂ ਪੰਜ ਕੋਠੀਆਂ ਹੋ ਜਾਣ, ਪਰ ਕਦੀ ਉਹ ਜਲਸ ਨਹੀਂ ਕਰੇਗਾ। ਕੌਣ? ਜਿਹਦੇ ਉੱਤੇ ਉਹਦਾ ਹੱਥ ਹੁੰਦਾ। ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡਾ ਦੁਸ਼ਮਣ ਤੁਹਾਡਾ ਵਿਰੋਧੀ ਤਰੱਕੀ ਕਰੇ ਜੇ ਤੁਹਾਡੇ ਉੱਤੇ ਰੱਬ ਦਾ ਹੱਥ ਵੱਧ, ਤੁਹਾਨੂੰ ਉੱਥੇ ਜਲਸੀ ਨਹੀਂ ਫੀਲ ਹੋਣੀ ਚਾਹੀਦੀ। ਇਹ ਕਿਹਦਾ ਸਬੂਤ ਵਾ? ਜਿਹਦੇ ਉੱਤੇ ਪ੍ਰਭੂ ਦਾ। ਇੱਕ ਛੋਟੇ ਜਿਹੇ ਬੱਚੇ ਨੂੰ ਰੱਬ ਇਸਤੇਮਾਲ ਕਰਕੇ ਵਧਾਉਣਾ ਚਾਹੁੰਦਾ, ਉਹਦੇ ਕੋਲ ਆਪਣਾ ਕੰਮ ਲੈਣਾ ਚਾਹੁੰਦਾ, ਲੈ ਰਿਹਾ ਕੋਈ ਮੇਰੇ ਸਾਹਮਣੇ ਕੋਈ ਹੋਰ ਪ੍ਰਭੂ ਦੇ ਕੰਮ ਦੀ ਸੇਵਾ ਕਰ ਰਿਹਾ, ਤਰੱਕੀ ਕਰ ਰਿਹਾ। ਜੇ ਮੇਰੇ ਉੱਤੇ ਹੱਥ ਵਾ, ਜੇ ਮੇਰੇ ਉੱਤੇ ਤੇ ਮੈਨੂੰ ਉਸ ਬੱਚੇ ਤੋਂ, ਉਸ ਭੈਣ ਤੋਂ, ਉਸ ਦਾਸੀ ਤੋਂ, ਉਸ ਦਾਸ ਤੋਂ ਸੜਨਾ ਨਹੀਂ ਚਾਹੀਦਾ, ਨਫ਼ਰਤ ਨਹੀਂ ਕਰਨੀ ਚਾਹੀਦੀ। ਕਿਉਂਕਿ ਲਿਖਿਆ ਖੁਦਾ ਦੁੱਧ ਪੀਣ ਵਾਲੇ ਬੱਚੇ ਕੋ ਵੀ ਆਪਣਾ ਕੰਮ। ਜਿਹਦੇ ਉੱਤੇ ਹੱਥ ਹੁੰਦਾ ਵਾ ਉਹਦਾ ਪਹਿਲਾ ਸਬੂਤ ਇਹ ਆ ਵੀ ਉਹ ਜਲਸੀ ਨਹੀਂ ਕਰਦਾ ਕਦੀ ਵੀ ਕਿਸੇ ਤੋਂ। ਕਹਿੰਦਾ ਫਿਰ ਯਹੋਵਾ ਦਾ ਹੱਥ ਮੇਰੇ ਉੱਤੇ ਆਇਆ। ਬੋਲੋ, ਹੱਕ ਡੋਬਦਾ ਵਾ, ਹੱਥ ਤਾਰਦਾ ਵਾ। ਹੁਣ ਜਦੋਂ ਪਤਰਸ ਡੁੱਬ ਰਿਹਾ ਵਾ ਤੇ ਡੋਬਿਆ ਕਿੰਨੇ? ਕਿੰਨੇ? ਤੇ ਤਾਰਿਆ ਕਿੰਨੇ? ਬਸ ਜਦੋਂ ਹੱਥ ਤੁਹਾਡੇ ਤੇ ਉਹਦਾ ਹੋਵੇਗਾ ਤੇ ਜਿਹਦਾ ਹੱਥ ਵਾ ਤੇ ਉਹਦੇ ਹੱਕ ਵੀ ਨੇ, ਇੱਕ ਹੱਕ ਨਹੀਂ ਹਰ ਹੱਕ ਉਹ ਤੁਹਾਨੂੰ ਦੇਵੇਗਾ। ਹਰ ਹੱਕ ਜਿਹਦੇ ਕੋਲ ਸਾਰੇ ਹੱਕ ਨੇ ਉਹਦਾ ਹੱਥ ਜਦੋਂ ਹੋਵੇਗਾ ਤੇ ਹੱਕ ਵੀ ਸਾਡੇ ਕੋਲ ਹੋਣਗੇ। ਹਾਲੇਲੂਯਾ, ਹਾਲੇਲੂਯਾ। ਘਬਰਾਈਦਾ ਨਹੀਂ ਲਈਦਾ, ਹੱਥ ਥੱਲੇ ਰਹਿਣਾ ਸਿੱਖੋ। ਕਿਹਦੇ ਥੱਲੇ? ਹੱਥ ਥੱਲੇ ਰਹਿਣ ਵਾਲਾ ਨਮਰਤਾਈ ਚ ਹੁੰਦਾ, ਹੱਥ ਥੱਲੇ ਰਹਿਣ ਵਾਲਾ ਲਿਖਿਆ ਜਿਹਦੇ ਵਿੱਚ ਆਤਮਾ ਹੁੰਦਾ, ਕਦੀ ਫੂ ਫੂ ਨਹੀਂ ਕਰਦਾ, ਫੁੱਲਦਾ ਨਹੀਂ, ਆਪ ਸਵਾਰਥੀ ਨਹੀਂ ਹੁੰਦਾ, ਉਹ ਨਮਰ ਹੁੰਦਾ ਵਾ, ਦਇਆਵਾਨ ਹੁੰਦਾ ਵਾ, ਸ਼ਾਂਤੀ ਨਾਲ ਭਰਿਆ ਹੁੰਦਾ। ਇਸ ਕਰਕੇ ਯਹੋਵਾ ਦਾ ਹੱਥ ਮੇਰੇ ਉੱਤੇ ਆਇਆ, ਫਿਰ ਹੁਣ ਜਦੋਂ ਉਹਦਾ ਹੱਥ ਮੇਰੇ ਉੱਤੇ ਆਇਆ ਉਹਦਾ ਹੱਥ ਜਦੋਂ ਸਾਡੇ ਉੱਤੇ ਰਵੇਗਾ, ਉਹਦੇ ਹੱਥ ਦੇ ਥੱਲੇ ਰਹਿਣ ਦੇ ਵਿੱਚ ਹੱਕ ਤੇ ਹੈਗਾ ਹੀ ਹੈ, ਹੱਕ ਤੇ, ਪਰ ਇਸ ਜ਼ਿੰਦਗੀ ਤੋਂ ਬਾਅਦ
ਸਾਨੂੰ ਇੱਕ ਹੋਰ ਜ਼ਿੰਦਗੀ ਮਿਲੇਗੀ ਜਿਹਦੇ ਵਿੱਚ ਕਦੀ ਮੌਤ ਨਹੀਂ ਹੋਵੇਗੀ। ਉਹ ਕਹਿੰਦੇ ਕੀ ਆ, ਜਿਹੜਾ ਉਹਦੇ ਹੱਥ ਮੰਨਦਾ, ਜਿਹੜਾ ਉਹਦੇ ਹੱਥ ਦੇ ਥੱਲੇ ਰਹਿਣਾ, ਅਸੰਤ ਕਰਨਾ। ਇਹ ਜ਼ਿੰਦਗੀ ਦੇ ਵਿੱਚ ਜਿਹੜੀ ਆਹ ਜ਼ਿੰਦਗੀ, ਮੈਂ ਇਸ ਜ਼ਿੰਦਗੀ ਦੀ ਗੱਲ ਨਹੀਂ ਕਰ ਰਿਹਾ, ਇਹਦੇ ਵਿੱਚ ਤੇ ਮੌਤ, ਇਹਦੇ ਵਿੱਚ ਕੀ ਆ, ਮੌਤ। ਪਰ ਜਿਹੜੇ ਹੱਥ ਦੇ ਥੱਲੇ ਰਹਿਣਾ ਪਸੰਦ ਕਰਦੇ ਨੇ, ਹੱਥ ਦੇ ਥੱਲੇ ਰਹਿੰਦੇ ਨੇ, ਉਹਨਾਂ ਨੂੰ ਮੌਤ ਨਹੀਂ, ਇਸ ਜਿਸਮ ਦੀ ਮੌਤ ਤੋਂ ਬਾਅਦ ਇੱਕ ਦੁਬਾਰਾ ਨਵੀਂ ਜ਼ਿੰਦਗੀ ਮਿਲੇਗੀ। ਕਿੰਨਾ ਨੂੰ? ਜਿਹੜੇ ਹੱਥ ਦੇ ਥੱਲੇ, ਜਿਹੜੇ ਉਹਦੇ ਹੱਥ ਦੇ ਵਿੱਚ ਰਹਿੰਦੇ ਆ। ਕੀ ਤੁਸੀਂ ਜਦੋਂ ਹਰ ਸੁਬਾਹ ਉੱਠ ਕੇ ਦੁਆ ਕਰਦੇ ਹੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਲਾਹ ਦੇਣਾ, ਨੋਟ ਕਰੇਗਾ, ਹਰ ਸੁਬਾਹ ਜਦੋਂ ਤੁਸੀਂ ਦੁਆ ਕਰਦੇ ਹੋ ਤੇ ਆਪਣੇ ਆਪ ਨੂੰ, ਦੁਆ ਕਰਨ ਦਾ ਮਤਲਬ ਆ ਕਿ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਦੇ ਕੇ ਚੱਲਣਾ। ਕਿਹਦੇ ਵਿੱਚ ਚੱਲਣਾ? ਕਦੀ ਕਦੀ ਨੋਟ ਕਰਿਓ, ਜਦੋਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਦੁਆ ਤੋਂ ਨਹੀਂ ਨਾ ਕਰਦੇ, ਉਹ ਤੁਹਾਡਾ ਸਾਰਾ ਦਿਨ ਚਿੜਚਿੜੇ ਭਰ ਵਿੱਚ, ਕਲੇਸ਼ ਵਿੱਚ ਹੋ ਸਕਦਾ, ਘਰੋਂ ਜੇ ਸੁੱਖ ਸਲਾਮਤੀ ਹੋ ਗਈ ਹੈ ਤੇ ਫੋਨ ਤੇ ਕਿਸੇ ਨਾਲ ਲੜਾਈ ਹੋ ਗਈ, ਉਹਦੇ ਨਾਲ ਹੀ ਹੋ ਜਾਏ, ਜਿਹਤੇ ਤੁਹਾਨੂੰ ਬੜਾ ਭਰੋਸਾ। ਉਹ ਦਿਨ ਜੇ ਦੁਆ ਦੀ ਸ਼ੁਰੂਆਤ ਨਾਲ ਨਹੀਂ ਆ, ਵਚਨ ਦੀ ਸ਼ੁਰੂਆਤ ਨਾਲ ਨਹੀਂ ਆ, ਉਹਦੇ ਹੱਥਾਂ ਵਿੱਚ ਦੇ ਕੇ ਸਾਡੇ ਦਿਨ ਦੀ ਸ਼ੁਰੂਆਤ ਨਹੀਂ ਆ, ਤੇ ਉਸ ਘਾਟੇ ਵਿੱਚ ਅਸੀਂ ਜਾ ਸਕਦੇ ਹਾਂ ਜਿਹੜਾ ਘਾਟਾ ਅਸੀਂ ਕਦੀ ਸੋਚਿਆ ਵੀ ਨਹੀਂ। ਵਜ੍ਹਾ ਕੀ ਹੋਈ ਕਿ ਅਸੀਂ ਸੁਬਾਹ ਵਿੱਚ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਨਹੀਂ ਦਿੱਤਾ, ਉਹਦੇ ਹੱਥਾਂ 'ਚ ਨਹੀਂ ਦਿੱਤਾ, ਬਲਕਿ ਦੁਆ ਕਰਨ ਦੀ ਬਜਾਏ ਚੱਲਦੇ ਫਿਰਦੇ, ਉੱਠਦੇ ਫਿਰਦੇ, ਚਲੋ ਪ੍ਰਭੂ ਤੇ ਜਾਣਦਾ ਹੀ ਆ ਵੀ ਮੈਂ ਪਹਿਲਾਂ ਉੱਠ ਕੇ ਚਾਹ ਹੀ ਪੀਣਾ, ਪ੍ਰਭੂ ਤੇ ਜਾਣਦਾ ਹੀ ਆ ਮੈਂ ਪਹਿਲਾਂ ਉੱਠ ਕੇ ਲੈਟ ਔਨ ਕਰਕੇ ਤੇ ਪਹਿਲਾਂ ਵੇਖਣਾ ਹੀ ਹੁੰਦਾ ਕਿਹਦਾ ਮੈਸੇਜ ਆਇਆ, ਮੁੰਡੇ ਵੇਖਣ ਤਾਂ ਕਰਦੇ ਭਰਾ ਤੁਹਾਨੂੰ ਨਹੀਂ ਕਹਿਣ ਦਿਆ। ਸਭ ਤੋਂ ਵੱਡੀ ਲਾਹਨਤ ਆ ਦੁਆ ਤੋਂ ਪਹਿਲਾਂ ਜਿਹੜੇ ਫੋਨ ਫੜ ਕੇ ਨੈਟ ਔਨ ਕਰਕੇ ਤੇ ਦੁਨਿਆਵੀ ਲੋਕਾਂ ਦੇ ਇੰਤਜ਼ਾਰਾਂ ਦੀ ਮੈਸੇਜ ਦੇ ਇੰਤਜ਼ਾਰ ਕਰਦੇ ਆ, ਪਰ ਮੁਬਾਰਕ ਉਹ ਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਜਿਹੜੇ ਦੇ ਕੇ ਚੱਲਦੇ ਆ, ਪਹਿਲੇ ਉਹਨੂੰ ਸਬੁਰਦ ਕਰਦੇ ਆ, ਦੁਆ ਕਰਦੇ ਆ, ਧੰਨਵਾਦ ਕਰਦੇ ਆ, ਆਪਣੇ ਹਰ ਕਰਮ ਨੂੰ ਦੁਆ ਤੋਂ ਸ਼ੁਰੂ ਕਰਦੇ ਆ। ਮੇਰੇ ਵਿੱਚ ਵੀ ਬੜੀ ਭਿਆਨਕ ਆਦਤ ਹੁੰਦੀ ਸੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਆਪਣੀ ਸ਼ੁਰੂਆਤ ਉਹਦੇ ਹੱਥਾਂ ਵਿੱਚ ਦੇ ਕੇ ਕਰਨੀ ਹੈ ਤੇ ਹਰ ਕੰਮ ਵਿੱਚ ਫਿਰ ਖੁਦਾ ਸਾਨੂੰ ਬਰਕਤ। ਗੌਰ ਕਰੋ, ਇਸ ਕਰਕੇ ਬੋਲੋ, ਮੈਂ ਆਪਣੇ ਹਰ ਰੋਜ਼ ਦੀ ਸ਼ੁਰੂਆਤ, ਹਰ ਸੁਬਾਹ ਦੀ ਸ਼ੁਰੂਆਤ ਪ੍ਰਭੂ ਦੇ ਹੱਥਾਂ ਵਿੱਚ ਦੇ ਕੇ ਕਰਨੀ ਹੈ। ਪ੍ਰਭੂ ਦੇ ਹੱਥਾਂ ਵਿੱਚ ਦੇਣ ਦਾ ਮਤਲਬ ਉੱਠ ਕੇ ਦੁਆ ਕਰਨੀ। ਜਦੀ ਵਚਨ ਅਸੀਂ ਬਾਈਬਲ ਪੜ੍ਹਦੇ ਹਾਂ ਤੇ ਬਾਈਬਲ ਨੂੰ ਪੜ੍ਹਨਾ, ਤੇ ਜਦੀ ਨਹੀਂ ਪੜ੍ਹ ਸਕਦੇ ਤੇ ਹਰ ਰੋਜ਼ ਵਚਨ ਆ ਰਿਹਾ ਵਾ, ਤੁਸੀਂ ਉਹ ਵਚਨ ਨੂੰ ਸੁਣੋ ਤੇ ਤੁਹਾਡੇ ਪੂਰੇ ਦਿਨ ਦੇ ਵਿੱਚ ਜਿੱਥੇ ਮੁਕਾਬਲਾ ਕਰੀ ਆਵੇਗਾ ਤੇ ਰੱਬ ਤੈਨੂੰ ਬਲ ਦੇਵੇਗਾ ਉਹ ਮੁਕਾਬਲਾ ਕਰਨ ਦਾ। ਹਾਲੇਲੂਇਆ। ਮੁਕਾਬਲਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪ ਹੀ ਲੜਾਈ ਦਾ ਪਲਾਨ ਬਣਾਇਆ ਹੋਵੇ, ਇਹ ਮੁਕਾਬਲਾ ਨਹੀਂ ਵੈਰੀ ਦਾ ਮੁਕਾਬਲਾ, ਜਿਹਦੀ ਤੁਹਾਨੂੰ ਖਬਰ ਵੀ ਨਹੀਂ ਹੁੰਦੀ, ਉੱਥੇ ਖੁਦਾ ਤੈਨੂੰ ਆਪਣਾ ਵਚਨ ਯਾਦ ਕਰਾਵੇਗਾ, ਤੈਨੂੰ ਬਲ ਦੇਵੇਗਾ, ਤੈਨੂੰ ਹਿੰਮਤ ਦੇਵੇਗਾ ਤੇ ਤੁਹਾਨੂੰ ਤਾਕਤ ਦੇਵੇਗਾ। ਪੜ੍ਹੀਏ, ਮੈਨੂੰ ਜਦੋਂ ਮੇਰੇ ਉੱਤੇ ਕਹਿੰਦਾ ਖੁਦਾ ਦਾ ਹੱਥ ਆਇਆ, ਨਵੀਂ ਖੁਦਾ ਦਾ ਪਾਕ ਕਹਿ ਰਿਹਾ ਕਿ ਮੈਨੂੰ ਉਹ ਹੱਡੀਆਂ ਦੇ ਕੋਲ ਲੈ ਗਿਆ, ਸੁੱਕੀਆਂ ਹੱਡੀਆਂ, ਉਹਨਾਂ 'ਤੇ ਮਾਸ ਨਹੀਂ ਹੈ, ਕੀ ਆ ਉਹ ਕਿਹੜੀਆਂ ਹੱਡੀਆਂ, ਕੀ ਨੀਆਂ ਭੈਣ ਦਿੱਤਾ ਉਹਨਾਂ 'ਤੇ, ਕੀ ਆ ਉਹ ਹੱਡੀਆਂ, ਸਾਰੇ ਬੋਲੇ ਹੱਡੀਆਂ, ਮਾਸ ਨਹੀਂ ਹੈ। ਇਹ ਮਾਸ ਨੂੰ ਤੁਸੀਂ ਬੜਾ ਹੀ ਛਡਾਉਂਦੇ ਹੋ, ਇਹਨੂੰ ਬੜਾ ਹੀ ਪਾਲਦੇ ਹੋ, ਇਹਨੂੰ ਬੜਾ ਹੀ ਸਵਾਰਦੇ ਹੋ, ਇਹਦੇ ਗੋਰੇ ਤੋਂ ਕਾਲੇ ਹੋਣ ਦਾ ਬੜਾ ਹੀ ਫਿਕਰ ਲੱਗਦਾ। ਪਰ ਇਹ ਮਾਸ ਰਹਿਣਾ ਨਹੀਂ,
ਹੱਡੀਆਂ ਸੀਗੀਆਂ, ਮਾਸ ਨਹੀਂ ਸੀ। ਕਈ ਵਾਰੀ ਜਦੋਂ ਇੱਥੇ ਕੋਈ ਕਿਸੇ ਦੀ ਪੁੱਟੀ ਜਾਂਦੀ ਕਬਰ ਤੇ ਵੇਖਿਆ ਵੀ ਥੱਲੇ ਉਹ ਕੀ ਨਿਕਲਦੇ ਭਲਾ, ਕਰੰਗ ਮਾਸ ਨੀ ਕਦੀ ਨਿਕਲਿਆ, ਨਿਕਲ ਆਉਂਦੇ ਹੁੰਦੇ ਬੜੇ ਬੜੇ ਪੁਰਾਣੇ, ਸਾਨੂੰ ਤਾਂ ਚਲੋ ਨਹੀਂ ਪਤਾ ਹੁੰਦਾ ਪਰ ਬੜੇ ਬੜੇ ਪੁਰਾਣੇ ਨਿਕਲ ਆਉਂਦੇ ਆ, ਮਾਸ ਨੀ ਕਦੀ ਕਿਸੇ ਨੂੰ ਲੱਗਦਾ। ਇੱਥੇ ਵੀ ਕੀ ਕਹਿ ਰਿਹਾ, ਹੱਡੀਆਂ ਕੀ ਕਹਿੰਦਾ ਵੀ ਦੇਖ, ਹਾਂਜੀ ਜਦੋਂ ਹੱਥ ਕਹਿੰਦਾ ਮੇਰੇ ਉੱਤੇ ਆਇਆ ਤੇ ਪ੍ਰਭੂ ਦਾ ਆਤਮਾ ਪ੍ਰਭੂ ਦਾ ਰੂਪ ਮੈਨੂੰ ਇੱਕ ਵਾਦੀ ਦੇ ਕੋਲ ਲੈ ਗਿਆ ਜਿੱਥੇ ਹੱਡੀਆਂ ਹੀ ਹੱਡੀਆਂ। ਫਿਰ ਕਹਿੰਦਾ ਮੈਨੂੰ ਆਵਾਜ਼ ਆਈ, ਨਬੀ ਕਹਿੰਦਾ ਆਵਾਜ਼ ਆਈ ਕਿ ਹੇ ਆਦਮੀ ਦੇ ਪੁੱਤਰ ਕੀ ਇਹ ਜੀ ਸਕਦੀਆਂ। ਵੇਖੋ ਖੁਦਾ ਪੁੱਛਣ ਡਿਆ, ਖੁਦਾ ਖੁਦਾ ਨੂੰ ਕਹਿਣ ਡਿਆ, ਖੁਦਾ ਕਹਿਣ ਡਿਆ ਵਾ ਵੀ ਆਹ ਕੰਮ ਹੋ ਸਕਦਾ ਤੇ ਖੁਦਾ ਕਦੋਂ ਪੁੱਛਣ ਡਿਆ ਆਦਮੀ ਨੂੰ। ਕਿੱਡੀ ਪੁਆਇੰਟ ਦੀ ਗੱਲ ਆ, ਰੱਬ ਹੋਵੇ ਤੇ ਬੰਦੇ ਨੂੰ ਪੁੱਛੇ, ਰੱਬ ਹੋਵੇ ਕਦੀ ਹੋ ਸਕਦਾ। ਕਹਿੰਦੇ ਆ ਨਾ ਉਹਦੇ ਕੰਮ ਨੂੰ ਕੋਈ ਟਾਲ ਨਹੀਂ ਸਕਦਾ, ਪਰ ਇੱਥੇ ਉਹ ਖੁਦਾ ਖੁਦਾ ਹੋ ਕੇ ਬੰਦੇ ਨੂੰ ਪੁੱਛ ਲਿਆ। ਗੌਰ ਕਰਨਾ, ਧਿਆਨ ਦੇਣਾ, ਜੇ ਤੁਹਾਨੂੰ ਕਿਤੇ ਖੁਦਾ ਪੁੱਛ ਲੇ, ਜੇ ਤੁਹਾਨੂੰ ਕਿਤੇ ਖੁਦਾ ਪੁੱਛ ਲੇ ਤੇ ਕੀ ਕਰੋ। ਜੇ ਤੁਹਾਨੂੰ ਖੁਦਾ ਕਿਤੇ ਕੋਈ ਤੁਹਾਡੀ ਸਲਾਹ ਲੈ ਕੇ ਤੁਹਾਨੂੰ ਪੁੱਛ ਲਏ ਵੀ ਦੱਸ ਮੇਰੇ ਬੱਚੇ ਆਹ ਕੰਮ ਹੋ ਜਾਏ ਤਾਂ, ਤੇ ਮੇਰੇ ਹਿਸਾਬ ਨਾਲ ਆ ਜਿਹੜੇ ਮੇਰੇ ਭਰਾ ਬੇਟੇ ਇਹਨਾਂ ਨੇ ਕਹਿਣਾ ਪ੍ਰਭੂ ਹੋਰ ਕੇ ਗੱਲ ਦਾ ਪਤਾ ਨੀ, ਪਹਿਲਾਂ ਐਪਲ ਦਾ ਪਹਿਲਾਂ ਜਿਹੜਾ 11 ਪ੍ਰੋ ਆਇਆ ਨਵਾਂ ਫਿਰ 12 ਪ੍ਰੋ ਦੇ ਲਿਆ, ਇਹਨਾਂ ਨਾਲ ਵੀਡੀਓ ਸੌਫਟਵੇਅਰ ਬਣਦੀ। ਜੇ ਰੱਬ ਤੁਹਾਨੂੰ ਕਿਤੇ ਪੁੱਛ ਲਈ ਤੁਸੀਂ ਦੱਸਿਆ ਕੀ ਕਹਿਣਾ, ਰੱਬਾ ਛੇਤੀ ਕਰ, ਪਹਿਲਾਂ ਤਾਂ ਉਹਨਾਂ ਨੂੰ ਮਾਰੀਏ ਜਿਹੜੇ ਸਾਨੂੰ ਮਾਰਦੇ ਆ, ਸਾਨੂੰ ਪਹਿਲਾਂ ਹੀ ਉਹਨਾਂ ਨੂੰ ਮਾਰੀਏ ਜਿਹੜੇ ਸਾਨੂੰ ਮਾਰਦੇ ਆ, ਸਾਨੂੰ ਬੁਰਾ ਕਹਿੰਦੇ ਆ। ਪਰ ਇਹ ਵੀ ਇੱਕ ਨਬੀ ਸੀ ਜਿਹਦੀ ਬੜੀ ਇੱਥੇ ਭੇਦ ਦੀ ਗੱਲ ਹੈ ਕਿ ਰੱਬ ਉਹਨੂੰ ਪੁੱਛਣ ਡਿਆ, ਉਹ ਕੀ ਗਾੜੀ ਉਹ ਕਹਿਣ ਡਿਆ। ਕਹਿੰਦਾ ਇਹ ਖੁਦਾ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਕੌਣ ਜਾਣਦਾ ਵਾ, ਕੌਣ ਜਾਣਦਾ ਵਾ ਬੋਲੋ, ਜਿਹਦੇ ਉੱਤੇ ਹੱਥ ਹੋਵੇਗਾ ਤੇ ਜਿਹਦੇ ਅੰਦਰ ਉਹਦਾ ਰੂਹ ਹੋਵੇਗਾ। ਹੱਥ ਦੇ ਥੱਲੇ ਹੋਵੇ ਤੇ ਰੂਹ ਉਹਦੇ ਅੰਦਰ ਹੋਵੇ ਖੁਦਾ ਦਾ, ਤੇ ਉਹਨੂੰ ਹੀ ਖੁਦਾ ਪੁੱਛਦਾ ਵਾ ਤੇ ਉਹਦੇ ਵਿੱਚੋਂ ਹੀ ਖੁਦਾ ਕਰਦਾ ਵਾ। ਹਰ ਇੱਕ ਦੇ ਨਾਲ ਖੁਦਾ ਇਸ ਕਰਮ ਨੂੰ ਕਰਦਾ ਨਹੀਂ। ਜਿਹਦੇ ਵਿੱਚ ਰੂਹ ਹੁੰਦਾ ਵਾ ਬੋਲੋ, ਜਿਹਦੇ ਵਿੱਚ ਰੂਹ ਹੁੰਦਾ ਵਾ, ਜਿਹੜਾ ਉਹਦੇ ਹੱਥ ਦੇ ਥੱਲੇ ਹੁੰਦਾ ਵਾ, ਜਿਹਦੇ ਵਿੱਚ ਉਹਦਾ ਰੂਹ ਹੁੰਦਾ ਵਾ, ਉਹ ਕਹਿੰਦੇ ਆ ਪ੍ਰਭੂ ਤੂੰ ਜਾਣਦਾ। ਅਸੀਂ ਕਹਿੰਦੇ ਮੈਂ ਜਾਣਦਾ, ਕੀ ਜਾਣਦਾ, ਤੂੰ ਜਾਣਦਾ। ਜਿਹਦੇ ਵਿੱਚ ਰੂਹ ਹੋਵੇਗਾ, ਰੱਬ ਦੇ ਹੱਥ ਦੇ ਥੱਲੇ ਹੋਵੇਗਾ, ਉਹ ਕਹੇਗਾ ਪ੍ਰਭੂ ਪ੍ਰਭੂ ਤੂੰ ਜਾਣਦਾ। ਇੱਧਰ ਧਿਆਨ ਦਿਓ, ਪ੍ਰਭੂ ਤੂੰ ਜਾਣਦਾ।
ਅੱਜ ਕੱਲ ਆ ਵੀ ਇੱਕ ਬੜਾ ਸੇਵਕਾਂ ਨੇ ਧੰਦਾ ਬਣਾਇਆ ਕਿ ਮੈਂ ਇਹਦੀ ਲਾਈਫ ਨੂੰ ਜਾਣਦਾ, ਮੈਂ ਇਹਨੂੰ ਜਾਣਦਾ, ਮੈਂ ਇਹਦੀ ਜ਼ਿੰਦਗੀ ਨੂੰ ਜਾਣਦਾ, ਮੈਂ ਇਹਦੇ ਜੀਵਨ ਨੂੰ ਜਾਣਦਾ। ਇਹ ਇੱਕ ਬਿਜ਼ਨਸ ਬਣਾ ਲਿਆ। ਕੀ ਬਣਾ ਲਿਆ? ਬਿਜ਼ਨਸ। ਜਿਹਨੇ ਜੀਵਨ ਬਣਾਇਆ ਵਾ ਨਾ, ਜਿਹਨੇ ਤੁਹਾਨੂੰ ਤੇ ਮੈਨੂੰ ਜੀਵਨ ਦਿੱਤਾ, ਜ਼ਿੰਦਗੀ ਦਿੱਤੀ ਆ, ਉਹਦੇ ਨਾਲੋਂ ਬਿਹਤਰ ਸਾਡੇ ਜੀਵਨ ਨੂੰ ਕੋਈ ਨਹੀਂ ਜਾਣ ਸਕਦਾ। ਸਹੀ ਹੈ ਕਿ ਗਲਤ? ਤੁਸੀਂ ਕਿਸੇ ਦਾ ਜੀਵਨ ਨਹੀਂ ਜਾਣ ਸਕਦੇ। ਜਿਹਦਾ ਆਪਣਾ ਜੀਵਨ ਠੀਕ ਨਹੀਂ ਨਾ ਹੋਵੇਗਾ, ਆਪਣਾ ਜੀਵਨ, ਆਪਣੇ ਜੀਵਨ ਦੇ ਹਾਲਾਤ ਵਿਗੜੇ ਹੋਣਗੇ, ਉਹ ਕਹਿਣਗੇ ਕਿ ਅਸੀਂ ਇਹਨਾਂ ਦੇ ਜੀਵਨ ਨੂੰ ਜਾਣਦੇ ਹਾਂ। ਇੱਥੇ ਇਹ ਆਇਤ ਨਹੀਂ ਟੁੱਟਦੀ ਕਿ ਆਤਮਾ ਡੂੰਘੀਆਂ ਗੱਲਾਂ ਦੀ ਜਾਂਚ ਕਰ ਲੈਂਦਾ, ਉਹ ਡੂੰਘੀਆਂ ਗੱਲਾਂ ਹੋਰ ਨੇ। ਉਹ ਤੋਂ ਗਾੜੀ ਵੀ ਕੁਛ ਲਿਖਿਆ, ਉਤੋਂ ਉੱਥੇ ਕਿ ਨਹੀਂ ਗੱਲ ਖਤਮ ਹੁੰਦੀ, ਉਹ ਤੋਂ ਗਾੜੀ ਵੀ ਬੜਾ ਕੁਛ ਹੋਇਆ। ਬੋਲੋ, ਜ਼ਿੰਦਗੀ ਦੇਣ ਵਾਲੇ ਤੋਂ ਬਗੈਰ ਕੋਈ ਜ਼ਿੰਦਗੀ ਦੇ ਹਾਲਾਤ ਠੀਕ ਨਹੀਂ ਕਰ ਸਕਦਾ। ਉਹਦੇ ਵਚਨ ਤੋਂ ਬਗੈਰ ਕੋਈ ਹਾਲਾਤ ਠੀਕ ਨਹੀਂ ਕਰ ਸਕਦਾ, ਉਹਦੀ ਬਾਣੀ ਤੋਂ ਬਗੈਰ ਕੋਈ ਹਾਲਾਤ ਨੂੰ ਠੀਕ ਕਰ ਸਕਦਾ। ਇਹ ਇੱਕ ਧੰਦਾ ਵਾ, ਬਿਜ਼ਨਸ ਹੈ। ਤੁਸੀਂ ਬੋਲੋ ਚਾਹੇ ਨਾ ਬੋਲੋ, ਮੈਂ ਬੈਫੇਸ ਬੋਲ ਰਿਹਾ ਕਿਉਂਕਿ ਮੈਨੂੰ ਪਤਾ 400-500 ਜੀ ਸੁਣਨ ਵਾਲਾ ਹੈਗਾ ਤੁਹਾਡੇ ਛਲਾਵਾ, ਪਰ ਮੈਂ ਚਿਕੰਨਾ ਕਰ ਦੇਣਾ ਚਾਹੁੰਦਾ। ਗੌਰ ਕਰਿਓ, ਜਿਹੜਾ ਕਹਿੰਦਾ ਨਾ ਮੈਂ ਜਾਣਦਾ, ਖੁਦਾ ਨੇ ਉਹਨੂੰ ਕਿਹਾ ਕਿ ਦੱਸ, ਕਹਿੰਦਾ ਪ੍ਰਭੂ ਮੈਂ ਨਹੀਂ ਤੂੰ ਜਾਣਦਾ। ਜਿਹੜਾ ਕਹਿੰਦਾ ਮੈਂ ਜਾਣਦਾ ਉਹ ਗਲਤ। ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ, ਤੁਹਾਨੂੰ ਉਹਦੇ ਹੱਥ ਦੇ ਥੱਲੇ ਰਹਿਣਾ ਆ ਜਾਵੇਗਾ ਤੇ ਉਹ ਤੁਹਾਡੀ ਜ਼ਿੰਦਗੀ ਦੇ, ਪਰਿਵਾਰ ਦੇ, ਘਰ ਦੇ ਹਾਲਾਤਾਂ ਨੂੰ ਖੁਦ ਬੇਖੁਦ ਆਪੇ ਹੀ, ਜਿਹਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਉਹ ਤੁਹਾਡੇ ਹਾਲਾਤ ਵੀ ਜਿਹੜੇ ਉਹ ਠੀਕ ਕਰਨ ਦੀ ਸ਼ਕਤੀ ਰੱਖਦਾ। ਤੇ ਜਿਹਦੇ ਖੁਦ ਦੇ ਹਾਲਾਤ ਉਹਦੇ ਦਿਮਾਗ ਦੀਆਂ ਸੋਚਾਂ ਦੇ ਮਾੜੇ ਹੋਏ ਨੇ, ਮਨ ਦੇ ਮਾੜੇ ਹੋਏ ਆ, ਉਹਦੀ ਖੁਦਾ ਦਾ ਕਲਾਮ ਗਰੰਟੀ ਨਹੀਂ ਦਿੰਦਾ। ਹਾਲਾਤ ਕੋਈ ਬੰਦਾ ਨਹੀਂ ਠੀਕ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਹਾਲਾਤ ਜਿਹੜਾ ਦਿਨ ਤੋਂ ਰਾਤ ਨੂੰ ਲਿਆਉਂਦਾ ਤੇ ਰਾਤ ਤੋਂ ਦਿਨ ਨੂੰ ਲਿਆਉਂਦਾ, ਉਹ ਸਾਡੇ ਬੁਰੇ ਹਾਲਾਤ ਨੂੰ ਵੀ ਚੰਗੇ ਹਾਲਾਤ ਵਿੱਚ ਬਦਲਣ ਦੀ ਸ਼ਕਤੀ। ਉਹ ਕੋਈ ਇਨਸਾਨ ਨਹੀਂ ਹੈ, ਉਹਦਾ ਨਾਮ ਹੈ ਖੁਦਾ ਦਾ ਬੇਟਾ ਪ੍ਰਭੂ ਯਿਸੂ ਮਸੀਹ। ਪੜ੍ਹੀਏ, ਹਲੇਲੂਯਾ, ਹਲੇਲੂਯਾ। ਹੇ ਸੁੱਕੀਓ ਹੱਡੀਓ, ਖੁਦਾ ਦਾ ਕਲਾਮ ਸੁਣੋ। ਕੀ ਸੁਣੋ? ਖੁਦਾ ਦਾ ਕਲਾਮ। ਬਦਨ ਨੂੰ ਨਹੀਂ ਕਿਹਾ, ਹੱਡੀਆਂ ਨੂੰ ਕਿਹਾ। ਬਦਨ ਨੂੰ ਨਹੀਂ, ਇਹ ਬਦਨ ਜਿੰਨੀ ਵਾਰੀ ਵੀ ਦੁਆ ਚ ਬੈਠੋਗੇ ਇਹ ਬਦਨ ਤੁਹਾਨੂੰ ਰੱਬ ਦੇ ਵਿਰੋਧ ਚ ਹੀ ਖੜੇ। ਨੀਂਦ ਦੇ ਹੰਗਲਾਟੇ ਆਉਣੇ ਸ਼ੁਰੂ ਹੁੰਦੇ ਕਿ ਨਹੀਂ? ਬੋਲੋ, ਇਹਦੇ ਦੇ ਦਰਦਾਂ ਥਕਾਵਟਾਂ ਆਉਣੀਆਂ ਸ਼ੁਰੂ ਹੁੰਦੀਆਂ ਕਿ ਨਹੀਂ? ਹੇ ਸੁੱਕੀਓ ਹੱਡੀਓ, ਇੱਕ ਵਾਰ ਰੱਬ ਦਾ ਵਚਨ ਸੁਣਿਆ ਦਿਮਾਗ ਵਿੱਚ ਰਹਿੰਦਾ, ਇੱਕ ਵਾਰ ਦਿਲ ਵਿੱਚ ਰਹਿੰਦਾ। ਨਾ ਦਿਲ ਵਾਲੇ ਦਾ ਭਰੋਸਾ ਵਾ ਤੇ ਨਾ ਦਿਮਾਗ ਵਾਲੇ ਦਾ ਭਰੋਸਾ ਵਾ, ਭਰੋਸਾ ਉਹਦਾ ਵਾ ਜਿਹਦੀਆਂ ਹੱਡੀਆਂ ਵਿੱਚ ਯਾਨੀ ਬਲੱਡ ਦੇ ਵਿੱਚ ਰਚ ਜਾਂਦਾ। ਭਰੋਸਾ ਖੁਦਾ ਉਹਦੇ ਤੇ ਕਰਦਾ
ਜਿਹਦੀਆਂ ਹੱਡੀਆਂ ਵਿੱਚ ਖੁਦਾ ਦਾ ਕਲਾਮ ਵਾਸ ਕਰ ਸਕਦਾ। ਹੇ ਸੁੱਕੀਓ ਹੱਡੀਓ ਕੀ ਸੁਣੋ, ਖੁਦਾ ਦਾ ਵਚਨ ਸੁਣੋ। ਪੜ੍ਹੀਓ ਫਿਰ ਇੱਥੋਂ ਪੜ੍ਹਿਓ, ਹੇ ਸੁੱਕੀਓ ਹੱਡੀਓ ਖੁਦਾ ਦਾ ਹੱਡੀਓ ਖੁਦਾ ਦਾ ਕਲਾਮ ਸੁਣੋ। ਵੇਖੋ ਹੇ ਸੁੱਕੀਓ ਹੱਡੀਓ ਖੁਦਾ ਦਾ ਵਚਨ ਸੁਣੋ। ਕੀ ਸੁਣੋ? ਖੁਦਾ ਦਾ ਵਚਨ ਸੁਣੋ। ਕੀ ਸੁਣੋ? ਖੁਦਾ ਦਾ ਵਚਨ। ਬੜਾ ਕੁਝ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਣਦੇ ਹਾਂ ਤੇ ਸੁਣ ਕੇ ਤੇ ਜ਼ਿੰਦਗੀ ਦੇ ਵਕਤ ਨੂੰ ਬਰਬਾਦ ਕਰਦੇ ਜਾ ਰਹੇ ਹਾਂ, ਪਰ ਜਦੋਂ ਆਪਣੇ ਜੀਵਨ ਦੇ ਵਿੱਚ ਵਚਨ ਨੂੰ ਉਵੇਂ ਹੀ ਸੁਣਨਾ ਜਿਵੇਂ ਸਾਨੂੰ ਸੁਣਨਾ ਚਾਹੀਦਾ ਤੇ ਸਾਡੇ ਵਿੱਚ ਇੱਕ ਆਤਮਾ ਦਾ ਵਾਸ ਹੋਵੇਗਾ। ਆਹ ਵਾਲਾ ਰੂਹ ਨਹੀਂ ਜਿਹੜਾ ਹੁਣ ਤੁਹਾਡੇ ਮੇਰੇ ਅੰਦਰ ਆ, ਇਹ ਰੂਹ ਨਹੀਂ, ਇੱਕ ਆਤਮਾ ਇੱਕ ਰੂਹ ਜਿਹੜਾ ਕਿ ਜੇ ਫਟਾਫਟ ਪੜ ਸਕਦੇ ਹੋ ਤੇ ਯਹੂਨਾ ਦੀ ਅੰਜੀਲ 6 ਬਾਬ ਉਹਦੀ 63 ਜੇ ਪੜ ਸਕਦੇ ਫਟਾਫਟ ਪੜ ਦੇਖੇ। ਮੈਂ ਅਜਿਹਾ ਦਾਤਾ ਦਾ ਆਤਮਾ ਹੈ, ਮਾਸ ਤੋਂ ਕੁਝ ਲਾਭ ਨਹੀਂ। ਉੱਚੀ ਆਵਾਜ਼ ਨਾਲ ਪੜੀਏ। ਜੋ ਦਾ ਦਾਤਾ ਦਾ ਆਤਮਾ ਹੈ, ਨਹੀਂ ਬੇਟਾ ਉਦਾਂ ਹੀ ਪੜੋ ਜਿੱਦਾਂ ਲਿਖਿਆ। ਜੀਓ ਦਾਤਾ ਦਾ ਆਤਮਾ ਹੈ ਜੀ, ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਸਾਫ਼ ਪੜੋ ਸਾਫ਼ ਜੀਉਂਦਾ ਕੌਣ? ਜੀਉਂਦਾ ਕੌਣ ਆ? ਜੀਉਂਦਾ ਕਿਹੜੀ ਚੀਜ਼ ਹੈ? ਤੇ ਮਾਸ ਤੋਂ ਉੱਥੇ ਕੀ ਪੜਿਆ ਕਿ ਹੇ ਸੁੱਕੀਓ ਹੱਡੀਓ ਖੁਦਾ ਦਾ ਕਲਾਮ ਸੁਣੋ ਤੇ ਲਿਖਿਆ ਆਤਮਾ ਆਇਆ ਤੇ ਫਿਰ ਉਹ ਜੀਉਂਦੀਆਂ ਹੋ ਗਈਆਂ ਤੇ ਇੱਥੇ ਲਿਖਿਆ ਵਾ ਜੀਉਂਦਾ ਤੇ ਆਤਮਾ ਜਿਉਂਦਾ ਤੇ ਸਰੀਰ ਤੋਂ ਕੁਝ ਲਾਭ ਨਹੀਂ। ਜਾਨੀ ਇਹ ਰੂਹ ਨਹੀਂ, ਇਸ ਰੂਹ ਦੀ ਕਲਾਮ ਗੱਲ ਨਹੀਂ ਕਰਦਾ। ਇੱਕ ਰੂਹ ਹੋਰ ਹੋਵੇਗਾ, ਪਵਿੱਤਰ ਰੂਹ, ਪਵਿੱਤਰ ਜਿਉਂਦਾ ਰੂਹ, ਪਵਿੱਤਰ ਆਤਮਾ ਦਾ ਰੂਹ ਜਿਹੜਾ ਹੋਵੇਗਾ ਪਾਕ ਰੂਹ, ਜਦੋਂ ਤੇਰੇ ਵਿੱਚ ਆਵੇਗਾ, ਇਹਨਾਂ ਹੱਡੀਆਂ ਦੇ ਵਿੱਚ ਜਦੋਂ ਆ ਕੇ ਉਹ ਵਾਸ ਕਰੇਗਾ, ਨਫ਼ਰਤ ਦੀ ਅਭਿਲਾਸ਼ਾ, ਵੈਰ ਦੀ ਅਭਿਲਾਸ਼ਾ, ਈਰਖਾ ਦੀ ਅਭਿਲਾਸ਼ਾ, ਵਿਰੋਧਤਾ ਦੀ ਅਭਿਲਾਸ਼ਾ, ਇਹ ਸਭ ਅਭਿਲਾਸ਼ਾਵਾਂ ਤੇਰੇ ਵਿੱਚੋਂ ਖਤਮ ਹੋ ਜਾਣਗੀਆਂ। ਅਜੇ ਉਹ ਨਹੀਂ ਹੈ, ਅਜੇ ਉਹ ਨਹੀਂ ਹੈ, ਅਜੇ ਉਹ ਨਹੀਂ ਹੈ। ਜਦੋਂ ਉਹ ਇਹਨਾਂ ਹੱਡੀਆਂ ਵਿੱਚ ਆਵੇਗਾ, ਪੜ੍ਹੀਏ ਬੇਟਾ ਫਿਰ ਇੱਥੋਂ ਪੜ੍ਹੋ, ਇੱਕ ਮਿੰਟ ਪੜ੍ਹੋ 6:63। ਜੀਵਨ ਦਾਤਾ ਤਾਂ ਪਰਮੇਸ਼ਰ ਹੈ, ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਇੱਥੇ ਪਰਮੇਸ਼ਰ ਕਰਕੇ ਲਿਖਿਆ, ਉੱਥੇ ਆਤਮਾ ਕਰਕੇ ਲਿਖਿਆ। ਹਾਂਜੀ ਪੜ੍ਹੋ। ਕੁਝ ਲਾਭ ਨਹੀਂ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ ਅਤੇ ਜੀਵਨ ਹਨ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ, ਜਿਹੜੀਆਂ ਗੱਲਾਂ ਯਸੂ ਸੀ ਨੇ ਕਿਹਾ, ਉਹੀ ਆਤਮਾ ਵਾ ਤੇ ਉਹੀ ਜੀਉਣ ਵਾ, ਉਹੀ ਆਤਮਾ ਵਾ। ਸਰੀਰਕ ਗੱਲਾਂ, ਖੁਆਇਸ਼ਾਂ, ਅਭਿਲਾਸ਼ਾਵਾਂ, ਚਾਲ ਚੱਲਣ ਜੀਵਨ ਨਹੀਂ ਹੈ। ਉੜਕ ਨੂੰ ਜਦੋਂ ਉਹਨੂੰ ਭੁੱਖ ਲੱਗੀ, ਜਦੋਂ ਆਤਮਾ ਦੀ ਅਗਵਾਈ ਦੇ ਨਾਲ ਉਹ ਫਿਰ ਉਜਾੜ ਵਿੱਚ ਜਦੋਂ ਦੁਆ ਕਰਨ ਗਿਆ ਤੇ ਪਰਤਾਉਣ ਵਾਲਾ ਉਹਦੇ ਕੋਲ ਆਇਆ, ਪਰਤਾਉਣ ਵਾਲਾ ਉਹਦੇ ਕੋਲ ਆਇਆ। ਯਿਸੂ ਪ੍ਰਭੂ ਜੀ ਆਤਮਾ ਦੀ ਗਵਾਹੀ ਦੇ ਨਾਲ ਸਾਰਾ ਕੁਝ ਕਰਦੇ ਆ ਤੇ ਪਰਤਾਉਣ ਵਾਲਾ ਉਹਦੇ ਕੋਲ ਆਇਆ। ਆਪ ਗਿਆ ਕਿ ਪਰਤਾਉਣ ਵਾਲਾ ਆਇਆ? ਪਰਤਾਉਣ ਵਾਲਾ ਆਇਆ। ਅੱਜ ਪਰਤਾਉਣ ਵਾਲੇ ਨੂੰ ਆਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਤੁਸੀਂ ਆਪੇ ਜਫਾ ਮਾਰ ਲੈਂਦੇ ਜਾ ਕੇ।
ਉਹਨੇ ਕਿਹਾ ਇਹਨਾਂ ਪੱਥਰਾਂ ਨੂੰ ਕਹਿ ਕੀ ਬਣ ਜਾਣ। ਉਹਨੇ ਕੀ ਕਿਹਾ, ਪ੍ਰਭੂ ਜੀ ਨੇ ਕੀ ਕਿਹਾ, ਨਹੀਂ ਨਹੀਂ ਕਹਿ, ਹਾਂ ਕਹਿੰਦਾ ਵੀ ਰੋਟੀ ਦੇ ਨਾਲ ਨੀ, ਰੋਟੀ ਵਿੱਚ ਤਾਂ ਜੀਵਨ ਹੈ ਹੀ ਨਹੀਂ। ਫਿਰ ਜੇ ਉਹਨਾਂ ਦੀ ਅਜੀਲ ਵਿੱਚ ਲਿਖਿਆ, ਯਸੂ ਮਸੀਹ ਨੇ ਕਿਹਾ ਮੇਰੀ ਭੁੱਖ ਵੀ ਇਹ ਆ ਕਿ ਜਿਹਨੇ ਮੈਨੂੰ ਘੱਲਿਆ ਉਹਦੇ ਆਤਮਾ ਦੀ ਮਰਜ਼ੀ ਨੂੰ ਮੈਂ ਪੂਰਾ ਕਰਾਂ। ਹਾਲੇਲੂਇਆ, ਹਾਲੇਲੂਇਆ। ਇਸ ਬੋਡੀ ਤੋਂ ਜਿਸਮ ਤੋਂ ਲਾਭ ਨਹੀਂ ਹੈ, ਇਹ ਜਦੋਂ ਵੀ ਤੁਹਾਨੂੰ ਇਹਦੇ ਵਿਚਾਰ ਖੜਨਗੇ ਦੁਨੀਆਂ 'ਚ ਖੜਨਗੇ, ਦੁਨੀਆਂ ਦੇ ਕੰਮਾਂ 'ਚ ਰੱਖਣਗੇ, ਦੁਨੀਆਂ ਦੀਆਂ ਪਾਪ ਦੀਆਂ ਅਭਿਲਾਸ਼ਾਵਾਂ ਵਿੱਚ ਰੱਖਣਗੇ, ਪਰ ਜਦੋਂ ਉਹ ਰੂਹ ਜਿਹਦੇ ਵਿੱਚ ਜਿਉਣ ਦੀਆਂ ਗੱਲਾਂ ਨੇ, ਜਿਹਦੇ ਵਿੱਚ ਪਰਮੇਸ਼ਰ ਦੀ ਭਲੀ ਇੱਛਾ ਵਾ, ਜਦੋਂ ਉਹ ਸਾਡੇ ਵਿੱਚ ਆਵੇਗਾ ਤੇ ਉਹਦਾ ਸਬੂਤ ਆ ਕਿ ਇਹ ਕੋਈ ਵੀ ਏਦਾਂ ਦੀਆਂ ਗੱਲਾਂ ਸਾਡੇ ਵਿੱਚ ਜਿਹੜੀਆਂ ਸਾਨੂੰ ਨਵਾਂ ਜੀਵਨ ਪਾਉਣ ਤੋਂ ਅਲੱਗ ਕਰਦੀਆਂ ਨੇ, ਏਦਾਂ ਦੀਆਂ ਕੋਈ ਵੀ ਗੱਲਾਂ ਸਾਡੇ ਵਿੱਚ ਰਹਿਣਗੀਆਂ ਨਹੀਂ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਖੁਦਾ ਦੇ ਹੱਥ ਦੇ ਥੱਲੇ ਰਹੀਏ, ਤੇ ਹੱਥ ਦੇ ਥੱਲੇ ਰਹਿਣ ਦੇ ਨਾਲ ਉਹਦੇ ਹੱਕ ਸਾਡੇ ਵਿੱਚ ਹੋਣ ਔਰ ਉਹਦਾ ਰੂਹ ਸਾਡੇ ਵਿੱਚ ਹੋਵੇ। ਤੇ ਹੱਥ ਦੇ ਥੱਲੇ ਰਹਿਣ ਦਾ ਮਤਲਬ ਕਿ ਆਪਣੇ ਹਰ ਰੋਜ਼ ਦੀ ਸ਼ੁਰੂਆਤ ਦੁਆ ਤੋਂ, ਬਾਈਬਲ ਪੜ੍ਹਨ ਤੋਂ, ਬਚਨ ਸੁਣਨ ਤੋਂ ਕਰੀਏ, ਤਾਂ ਕਿ ਉਹਦਾ ਰੂਹ ਜਦੋਂ ਸਾਡੇ ਵਿੱਚ ਹੋਵੇਗਾ, ਰਹੇਗਾ, ਅਸੀਂ ਖੁਦਾ ਦੇ ਕੰਮ ਦੇ ਵੀ ਵੱਧ ਤੋਂ ਵੱਧ ਇਸਤੇਮਾਲ ਵੀ ਹੋਈਏ ਤੇ ਖੁਦਾ ਦਾ ਕੰਮ ਜਿਹੜਾ ਵਾ ਸਾਡੇ ਦੇ ਵਿੱਚੋਂ ਵੀ ਵੱਧਦਾ ਜਾ। ਆਓ ਅੱਖਾਂ ਬੰਦ ਕਰਾਂਗੇ, ਹੱਥ ਉਠਾ ਕੇ ਤਾਰੀਫ ਕਰਾਂਗੇ। ਪਿਆਰੇ ਖੁਦਾ, ਇਹਨਾਂ ਬੱਚਿਆਂ ਨੂੰ ਬਰਕਤ ਦੇ ਜੋ ਤੇਰਾ ਬਚਨ ਸੁਣਿਆ, ਇਹਨਾਂ ਦੀ ਜ਼ਿੰਦਗੀ ਵਿੱਚ 30-60 ਨਹੀਂ ਬਲਕਿ 100 ਗੁਣਾ ਫਲ ਲੈ ਯਿਸੂ ਨਾਮ ਦੇ ਵਸੀਲੇ। ਆਮੀਨ, ਆਮੀਨ।